ਵੈਲਕਮ ਬੈਕ ਤੁਹਾਡੇ ਆਪਣੇ YouTube ਚੈਨਲ ਯਾਰ ਟਰੱਕ ਵਾਲਿਆਂ 'ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਆ। ਮੈਂ ਤੁਹਾਡਾ ਆਪਣਾ ਯਾਰ ਟਰੱਕ ਵਾਲਾ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਵੀਡੀਓ ਕਮਾਲ ਦੀ। ਚੈਨਲ 'ਤੇ ਨਵੇਂ ਜੁੜੇ ਮੇਰੇ ਸੱਜਣ ਮਿੱਤਰ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਜੇ ਕੋਈ ਗਲਤੀ ਹੁੰਦੀ ਹੈ ਤਾਂ ਕਮੈਂਟ ਕਰਕੇ ਦੱਸ ਵੀ ਦਿਆ ਕਰੋ। ਆ ਜਾਓ ਆਪਾਂ ਗੱਡੀ ਗਾਲੀ ਕਰਨ ਆਏ ਹੋਏ ਆ ਅਤੇ ਕਰਦੇ ਆ ਗੱਲਬਾਤ। ਅਗਲੇ ਦਿਨ ਦੀ ਹੋ ਗਈ ਆਪਣੀ ਸ਼ੁਰੂਆਤ। ਆਪਾਂ ਨੇ ਗੱਡੀ ਨੂੰ ਸੈਲਫ ਲਈ ਮਾਰ ਅਤੇ ਹੁਣ ਤੁਰ ਪਏ ਆਪਾਂ ਲੁਧਿਆਣੇ ਵਾਲੀ ਸਾਈਡ ਨੂੰ। ਸਵੇਰ ਦੇ ਵੱਜੇ ਹੋਏ ਆ 2:30 ਅਤੇ ਮੌਸਮ ਠੀਕ ਠਾਕ ਆ ਅਤੇ ਘਰ ਤੋਂ ਆਪਾਂ ਨਿਕਲ ਪਏ। ਜਾਂਦੇ ਹੋਏ ਕਰਦੇ ਆਪਾਂ ਗੱਲਬਾਤ ਰਸਤੇ ਦੇ ਵਿੱਚ ਜਿੱਦਾਂ ਵੀ ਹੋਇਆ। ਰੋਡ ਵੀ ਸੁੰਨੇ ਹੁੰਦੇ ਆ ਇਸ ਟਾਈਮ, ਸਵੇਰ ਦਾ ਟਾਈਮ ਆ ਅਤੇ ਜਾ ਕੇ ਦੇਖਦੇ ਆ ਕਿੱਦਾਂ ਦਾ ਮਾਹੌਲ ਆ ਰੋਡ 'ਤੇ। ਆ ਜਾਓ ਚੱਲੀਏ ਆਪਾਂ ਹੁਣ ਲੁਧਿਆਣੇ ਵੱਲ ਨੂੰ। ਜਿੱਦਾਂ ਵੀ ਹੋਇਆ ਆਪਾਂ ਜਾ ਕੇ ਕਰਾਂਗੇ ਗੱਲਬਾਤ। ਆ ਜਾਓ ਚੱਲਦੇ ਆਪਾਂ ਜਿੱਦਾਂ ਵੀ ਹੋਇਆ। ਸਵੇਰ ਦਾ ਟਾਈਮ ਆ, ਠੰਡ ਵੀ ਵਾਹਵਾ ਹੋਈ ਹੋਈ ਆ, ਹਲੇ ਤਾਂ ਮੌਸਮ ਵੀ ਪੂਰਾ ਠੰਡਾ। ਬਾਕੀ ਚੱਲ ਕੇ ਦੇਖਦੇ ਹਾਂ ਜਿੱਦਾਂ ਵੀ ਹੋਇਆ। ਰੋਡ ਪੂਰਾ ਸੁੰਨਾ ਪਿਆ ਇਸ ਟਾਈਮ, ਕੁਝ ਵੀ ਨਹੀਂ ਦਿਖ ਰਿਹਾ ਰੋਡ ਦੇ ਉੱਤੇ। ਸਵੇਰ ਦੇ 3 ਦੇ ਕਰੀਬ ਵੱਜੇ ਹੋਏ ਨੇ। ਜਾਂਦੇ ਹੋਏ ਝਾੜ ਸਾਹਿਬ ਗੁਰਦੁਆਰਾ ਆਪਾਂ ਕਰ ਗਏ ਸੀ ਪਾਰ, ਪਰ ਰੋਡ ਜਮਾਂ ਹੀ ਸੁੰਨਾ ਪਿਆ ਇਸ ਟਾਈਮ। ਕੋਈ ਹਰਕਤ ਨਹੀਂ, ਕੋਈ ਸਕੂਟਰ ਨਹੀਂ, ਕੋਈ ਮੋਟਰਸਾਈਕਲ ਨਹੀਂ, ਨਾ ਕੋਈ ਕਾਰ ਦਿਖ ਰਹੀ ਹੈ ਰੋਡ ਦੇ ਉੱਤੇ ਆਉਂਦੀ। ਆਹ ਟਾਈਮ ਬਾਹਲਾ ਹੀ ਸੁੰਨਾ ਹੁੰਦਾ ਰੋਡ। ਆ ਜਾਓ thank you.
ਕੁਹਾੜੇ ਗਏ ਆਪਾਂ ਪੁੱਜ ਲੇਬਰ ਦੀ ਕਰ ਰਹੇ ਆ ਵੇਟ। ਲੇਬਰ ਵਾਲੇ ਨੂੰ ਫੋਨ ਕਰਤਾ ਹੋਇਆ ਆਪਾਂ ਨੇ ਆ ਰਹੇ ਨੇ ਤਾਂ ਕਰਕੇ ਆਪਾਂ ਇੱਥੇ ਖੜੇ ਨੇ। ਆ ਜਾਓ ਦੇਖ ਲੇਬਰ ਲਈ ਆਪਾਂ ਨੇ ਬਿਠਾ ਤੇ ਆਪਾਂ ਤੁਰ ਪਏ ਹੁਣ ਲੁਧਿਆਣੇ ਵਾਲੀ ਸਾਈਡ ਨੂੰ ਤੇ ਜਾ ਕੇ ਹੁਣ ਆਪਾਂ ਲੁਧਿਆਣੇ ਕਰਦੇ ਆ ਤੁਹਾਡੇ ਨਾਲ ਗੱਲਬਾਤ। ਜਾ ਕੇ ਪਹਿਲਾਂ ਕਰੀਏ ਗੱਡੀ ਖਾਲੀ, ਦੋ ਐਂਟਰੀ ਕਰਨੀ ਆ ਖਾਲੀ। ਆ ਚੱਲੀਏ ਹੁਣ ਆਪਾਂ ਲੁਧਿਆਣੇ ਵਾਲੀ ਸਾਈਡ ਨੂੰ। ਦੁਕਾਨ ਤੇ ਗਏ ਆਪਾਂ ਪੁੱਜ ਬਈ, ਗੱਡੀ ਲਾਤੀ ਤੇ ਹੁਣ ਲੱਗੇ ਆ ਖਾਲੀ ਕਰਨ ਇਹ। ਆ ਜਾਓ ਜਦ ਤੱਕ ਆਪਾਂ ਇੱਥੇ ਦੇਖਦੇ ਆ ਸੁੰਨਾ ਪਿਆ ਹੋਵੇ ਲੁਧਿਆਣਾ ਸ਼ਹਿਰ ਇਸ ਟਾਈਮ ਜਮਾਂ ਹੀ ਸੁੰਨਾ ਹੁੰਦਾ। ਆ ਜਾਓ। ਹਾਂਜੀ ਆਪਾਂ ਖਾਲੀ ਕਰਨ ਪੁੱਜ ਗਏ ਹੋਏ ਆ ਗੱਡੀ, ਸਵੇਰ ਦੇ 4 ਵਜੇ ਹੋਏ ਆ, ਉਹ ਐਂਟਰੀ 'ਚ ਖਾਲੀ ਕਰਨ ਲੱਗੇ ਹੋਏ ਆ ਅਤੇ ਸਵੇਰੇ 2:30 ਵਜੇ ਘਰ ਤੋਂ ਤੁਰੇ ਸੀ। ਡੇਢ ਘੰਟਾ ਲੱਗਿਆ ਲੇਬਰ ਨੂੰ ਲੈ ਕੇ ਆ ਗਏ ਆਪਾਂ, ਹੁਣ ਖਾਲੀ ਕਰਕੇ ਕਰਦੇ ਆਪਾਂ ਗੱਲਬਾਤ ਬਾਕੀ। ਆ ਜਾਓ। ਦੂਜੀ ਜਗ੍ਹਾ ਆ ਗਏ ਹੋਏ ਆਪਾਂ ਖਾਲੀ ਕਰਨ, ਮਾਡਲ ਟਾਊਨ ਦੇ ਵਿੱਚ ਇਸ ਟਾਈਮ। ਇੱਥੇ ਲੈਂਟਰ ਦੇ ਉੱਤੇ 160 ਬੂਰੀ ਗੇਅਰ ਨਹੀਂ ਸੀ ਅਤੇ ਬਾ ਖਾਲੀ ਹੋ ਚੱਲੀ ਇੱਥੇ ਅਤੇ ਹੁਣ ਆਪਾਂ ਚੱਲਦੇ ਹਾਂ ਬਾਹਰ ਨੂੰ ਖਾਲੀ ਕਰਕੇ ਨਿਕਲਦੇ ਹਾਂ। ਨੋ ਐਂਟਰੀ 'ਚ ਖੜ੍ਹੇ ਆ, ਜਾ ਕੇ ਕਰਦੇ ਹਾਂ ਗੱਲਬਾਤ। ਹਾਂਜੀ ਕਿਵੇਂ ਹੋ, ਕੀ ਕਰੀ ਜਾਂਦੇ ਆ? ਆਪਾਂ ਪੁੱਜ ਗਏ ਕੁਹਾੜੇ ਖਾਲੀ ਕਰਕੇ ਤੇ ਚਾਹ ਪੀਂਦੇ ਆ ਕਿਤੇ ਜਾ ਕੇ, ਆਵਾਜ਼ ਜ਼ਿਆਦਾ ਆ ਰਹੀ ਹੋਣੀ ਆ, ਆ ਜਾਓ ਚੱਲਦੇ ਆ। ਹਾਂਜੀ ਆਪਾਂ ਢਾਬੇ 'ਤੇ ਪੁੱਜ ਗਏ, ਮੈਂ ਚਲੋ ਚਾਹ ਚੂਹ ਪੀ ਲਈਏ, ਸਵੇਰੇ ਵੀ ਨਹੀਂ ਪੀਤੀ ਦੀ ਅੱਜ, ਹੁਣ ਆਪਾਂ ਚਾਹ ਪੀਣ ਲਈ ਰੁਕ ਗਏ। ਆਲਮਾਜਰੇ ਪੁੱਜੇ ਆ, ਚਾਹ ਚੂਹ ਪੀ ਕੇ ਫੇਰ ਕਰਦੇ ਆਪਾਂ ਗੱਲਬਾਤ। ਆ ਜਾਓ ਪਹਿਲਾਂ ਚਾਹ ਚੂਹ ਪੀਏ ਫਿਰ ਦੇਖਦੇ। ਆ ਜਾਓ। ਚਾਹ ਚੂਹ ਲਈ ਆਪਾਂ ਨੇ ਪੀ ਢਾਬੇ ਤੋਂ ਅਤੇ ਮਿੱਤਰ ਮਿਲ ਗਏ ਅਤੇ ਬੈਠ ਕੇ ਗੱਲਾਂ ਲੱਗ ਗਏ ਮਾਰਨ, ਵਲੋਗ ਬਣਾਇਆ ਨਹੀਂ ਗਿਆ ਅਤੇ ਹੁਣ ਆਪਾਂ ਚੱਲਦੇ ਆ ਘਰਾਂ ਨੂੰ ਅਤੇ ਘਰ ਜਾ ਕੇ ਰੋਟੀ ਰੋਟੀ ਖਾਂਦੇ ਆ, ਬਾਕੀ ਦੇਖਦੇ ਆ ਜਾਂਦੇ ਹੋਏ ਕਰਦੇ ਆ ਗੱਲਬਾਤ। ਆ ਜਾਓ ਚੱਲੀਏ ਫਿਰ ਹੁਣ ਘਰਾਂ ਨੂੰ। ਕੀ ਕਰਨਾ,
ਕਰਨਾ ਕੀ ਆ? ਜਾਇ ਕਰਨੀ ਆ? ਕਿਹੜਾ ਟਾਈਮ ਆ ਜਾਇ ਕਰਨ ਦਾ? ਕਿੱਦਾਂ ਕਰਨੀ? ਲਓ ਜੀ ਹੁਣ ਅਸੀਂ ਕਰ ਲਈਏ ਜਾਇ। ਲਓ ਜੀ ਜੱਸੇ ਨੇ ਕਰਤੀ ਜਾਇ ਤੇ ਹੁਣ ਰੱਖਣ ਲੱਗੀ ਹੈ ਡੱਬੀ। ਫਿਰ ਰਹਿਣ ਦੇ ਪੁੱਤ ਰੱਖ ਦੋ ਰੇ, ਹੁਣ ਪੈਨ ਚੱਕ ਲਿਆਇਆ ਇਹ। ਚਲੋ ਚਲੀਏ ਹੁਣ ਫਿਰ। ਹਾਂਜੀ ਅਗਲੇ ਦਿਨ ਦੀ ਹੋ ਗਈ ਆਪਣੀ ਸਟਾਰਟਿੰਗ। ਡੇਲੀ ਦੇ ਵਾਂਗੂ ਗੱਡੀ ਕਰਿਆ ਸਟਾਰਟ ਤੇ ਹੁਣ ਆਪਾਂ ਚੱਲਦੇ ਹਾਂ ਨਾਲਾਗੜ੍ਹ ਨੂੰ। ਆ ਜਾਓ ਚੱਲੀਏ, ਮੌਸਮ ਵੀ ਠੰਡਾ ਜਿਹਾ ਅੱਜ, ਆ ਜਾਓ। ਘਰ ਤੋਂ ਆਪਾਂ ਤੁਰ ਪਏ ਗੱਡੀ ਨਾਲਾਗੜ੍ਹ ਨੂੰ ਲੈ ਕੇ ਅਗਲੇ ਦਿਨ, ਤੇ ਹੁਣ ਜਾ ਕੇ ਨਾਲਾਗੜ੍ਹ ਦੇਖਦੇ ਆ ਗੱਡੀ ਲਵਾਵਾਂਗੇ, ਫਿਰ ਭਰਾਂਗੇ ਜਾ ਕੇ ਤੇ ਰੋਡ 'ਤੇ ਲੱਗੇ ਆਪਾਂ ਚੜ੍ਹਾਉਣ ਘਰ ਤੋਂ। ਆ ਜਾਓ ਗੱਡੀ ਚੜ੍ਹਾ ਕੇ ਚੱਲਦੇ ਆ ਨਾਲਾਗੜ੍ਹ ਨੂੰ ਤੇ ਫਿਰ ਦੇਖਦੇ ਆ ਜਾ ਕੇ ਰਸਤੇ 'ਚ ਜੇ ਕੋਈ ਗੱਲਬਾਤ ਹੁੰਦੀ ਆ, ਨਹੀਂ ਜਾ ਕੇ ਨਾਲਾਗੜ੍ਹ ਹੀ ਸਿੱਧੀ ਗੱਲ ਕਰਾਂਗੇ। ਹਾਂਜੀ ਆਪਾਂ ਨਾਲਾਗੜ੍ਹ ਪੁੱਜ ਗਏ ਨੇ, ਗੱਡੀਆਂ ਲਾਤੀ ਆਪਣੇ ਟਿਕਾਣੇ 'ਤੇ ਤੇ ਹੁਣ ਸੁਣਦੇ ਆ ਡਿਮਾਂਡ, ਜਾ ਕੇ ਚਾਹ ਚੂਹ ਪੀ ਕੇ ਤੇ ਪਹਿਲਾਂ ਚਾਹ ਪੀਂਦੇ ਆ ਫਿਰ ਡਿਮਾਂਡ ਸੁਣਦੇ ਆ। ਤੇ ਗੱਡੀ ਆਪਣੀ ਇਕੱਲੀ ਉਹ ਅੱਜ ਬੱਲੀ ਵੀ ਨਹੀਂ ਆਇਆ, ਚਲੋ ਦੇਖਦੇ ਆ ਬਾਕੀ ਕਿਵੇਂ ਬਣਦਾ। ਆ ਜਾਓ ਚੱਲੀਏ ਗੱਡੀ ਲਈ ਆਪਾਂ ਨੇ ਲਵਾ ਤੇ ਆਪਾਂ ਹੁਣ ਚੱਲੇ ਆ ਫੈਕਟਰੀ ਨੂੰ, ਬਿਲਟੀਆ ਲੈ ਲਈ ਆ ਤੇ ਜਾ ਕੇ ਕਰਦੇ ਆ ਗੱਲਬਾਤ ਆਪਾਂ ਫੈਕਟਰੀ 'ਚ, ਜਿੱਦਾਂ ਵੀ ਹੋਇਆ ਪਹਿਲਾਂ ਤੇਲ ਪਵਾਉਣਾ ਤੇ ਫਿਰ ਚੱਲਦੇ ਆ ਫੈਕਟਰੀ ਨੂੰ। ਆਪਾਂ ਨੇ ਪਵਾ ਤੇ ਆਪਾਂ ਲੱਗੇ ਆ ਹੁਣ ਫੈਕਟਰੀ ਨੂੰ ਜਾਣ ਤੇ ਜਾ ਕੇ ਕਰਦੇ ਆ ਗੱਲਬਾਤ, ਆ ਜਾਓ ਚੱਲੀ ਹੁਣ ਫੈਕਟਰੀ ਨੂੰ। ਹਾਂਜੀ ਧੰਨਵਾਦ ਤੁਹਾਡਾ, ਆਪਣੇ 500 ਸਬਸਕ੍ਰਾਈਬਰ ਹੋ ਗਏ ਨੇ, ਹਾਲੇ ਤਾਂ ਸ਼ੁਰੂਆਤ ਆ, ਇੰਨੀ ਕੁ ਸਾਥ ਦਿੱਤਾ ਤੁਸੀਂ, ਧੰਨਵਾਦ ਤੁਹਾਡਾ। ਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰੀ ਆਇਆ ਕਰੋ, ਜਿੱਥੇ ਤੁਸੀਂ 500 ਕੀਤਾ ਤੇ ਹੋਰ ਸੱਜਣ ਮਿੱਤਰ ਮੇਰੇ 1000 ਵੀ ਕਰਾਣਗੇ, ਹੌਲੀ ਹੌਲੀ ਕੰਮ ਵਧੂੰਗਾ। ਤੇ 500 ਲਈ ਥੋੜ੍ਹਾ ਧੰਨਵਾਦ ਜਿਹੜੇ ਨਾਲ ਜੁੜੇ ਨੇ ਪਹਿਲੇ 500, ਕਿਉਂਕਿ ਪਹਿਲੇ 1000 ਬੰਦੇ ਸਾਰਿਆਂ ਨੂੰ ਯਾਦ ਰਹਿੰਦੇ ਨੇ, ਯਾਦ ਤਾਂ ਸਾਰੇ ਹੀ ਹੁੰਦੇ ਆ, ਪਰ ਜਦੋਂ ਮਿਹਨਤ ਦੇ ਨਾਲ ਜੁੜੇ ਹੋਣ, ਕਹਿ ਦਿੰਦੇ ਆ ਪੁਰਾਣੇ ਯਾਰ ਸਾਰਿਆਂ ਨੂੰ ਯਾਦ ਰਹਿੰਦੇ ਆ, ਉਹੀ ਕੰਮ ਆ। ਪਹਿਲੇ 500 ਤੇ 1000 ਤਾਂ ਯਾਦ ਹੀ ਰਹਿੰਦੇ ਆ ਸਾਰਿਆਂ ਨੂੰ, ਤੁਹਾਡਾ ਧੰਨਵਾਦ ਜਿਨ੍ਹਾਂ ਨੇ 500 ਕੀਤਾ ਮੇਰਾ ਸਬਸਕ੍ਰਾਈਬਰ। ਤੇ ਹੋਰ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਿਆ ਕਰੋ, ਹੋਰ ਨਾਲ ਜੁੜਨ ਤੇ ਹੋਰ ਚੈਨਲ ਨੂੰ ਸਬਸਕ੍ਰਾਈਬ ਕਰਨ, ਤੇ ਜਿਹੜੇ ਵੀਡੀਓ ਨੂੰ ਦੇਖਦੇ ਨੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਲਾਈਕ ਅਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ, ਹੋਰਾਂ ਤੱਕ ਭੇਜਿਆ ਕਰੋ। ਤੁਹਾਡੇ ਇੰਨੀ ਕੁ ਮਿਹਨਤ ਨਾਲ ਮੈਨੂੰ ਹੋਰ ਸਬਸਕ੍ਰਾਈਬਰ ਮਿਲਦੇ ਰਹਿਣਗੇ, ਤੇ ਤੁਹਾਡਾ ਧੰਨਵਾਦ ਇੱਕ ਵਾਰ ਫਿਰ ਤੋਂ। ਆਪਾਂ ਪੁੱਜ ਗਏ ਏਸੀਸੀ ਵਾਲੇ ਰੋਡ ਦੇ ਉੱਤੇ, ਐਕਸਪ੍ਰੈਸ ਵੇ ਤੇ, NH56 ਤੇ ਪੁੱਜ ਗਏ ਆਪਾਂ, ਤੇ ਹੁਣ ਫੈਕਟਰੀ ਜਾ ਰਹੇ ਆ ਤੇ ਫੈਕਟਰੀ ਦੇ ਵਿੱਚ ਜਾ ਕੇ ਕਰਦੇ ਆ ਗੱਲਬਾਤ, ਪਾਰਕਿੰਗ ਜਾਵਾਂਗੇ ਤੇ ਗੱਡੀਆਂ ਦੇਖਦੇ ਕਿੰਨੀਆਂ ਗੱਡੀਆਂ ਨੇ, ਨੰਬਰ ਵੀ ਪਿੱਛੇ ਹੀ ਪਿਆ ਹੋਇਆ ਅੱਜ ਦਾ, 45 ਪਿਆ ਹੋਇਆ। ਆ ਜਾਓ ਚੱਲੀਏ।
ਹਾਂਜੀ, ਆਪਾਂ ਗੇਟ 'ਤੇ ਪੁੱਜ ਗਏ, ਐਂਟਰੀ ਉਂਟਰੀ ਕਰਾ ਲਈ ਅਤੇ ਹੁਣ ਆਪਾਂ ਚੱਲਿਆ ਪਾਰਕਿੰਗ 'ਚ ਨੂੰ। ਪਾਰਕਿੰਗ ਜਾ ਕੇ ਦੇਖਦੇ ਆ ਜਾਓ, ਰਾਤ ਦੀਆਂ ਗੱਡੀਆਂ ਵਾਹਵਾ ਖੜੀਆਂ ਸੀ, ਹਲੇ ਵੀ ਛੱਡ ਜਾ ਰਹੇ ਆ, 180 ਤੱਕ ਆ ਗਈ ਆ ਹੋਈ ਅੰਦਰ। ਬਾਕੀ ਜਾ ਕੇ ਦੇਖਦੇ ਆ ਪਾਰਕਿੰਗ, ਆ ਜਾਓ ਆ ਜਾਓ, ਚੱਲਦੇ ਆ ਪਾਰਕਿੰਗ ਨੂੰ, ਗੱਡੀਆਂ ਛੱਡੀ ਜਾ ਰਹੇ ਨੇ, ਜਾ ਕੇ ਦੇਖ ਲੈਂਦੇ ਆ ਜਾਓ ਕੀ ਬਣਦਾ ਕੀ ਨਹੀਂ। ਅੱਜ ਵਾਲੀ ਹੋਈ ਛੱਡਤੀ ਆ ਗੱਡੀ ਆ, ਦੇਖਦੇ ਆ ਜਾ ਕੇ। ਹਾਂਜੀ, ਆਪਾਂ ਪਾਰਕਿੰਗ ਪੁੱਜ ਗਏ ਨੇ, ਰੋਟੀ ਖਾ ਲਈ ਘਰ ਤੋਂ ਲੈ ਕੇ ਆਏ ਤੇ ਹੁਣ ਚਾਹ ਚੂ ਪੀਂਦੇ ਆ ਜਾ ਕੇ ਗਿਆਨੀ ਕੋਲ। ਬਾਕੀ ਤੁਹਾਡਾ ਇੱਕ ਵਾਰ ਫੇਰ ਤੋਂ ਧੰਨਵਾਦ 500 ਸਬਸਕ੍ਰਾਈਬਰ ਲਈ। ਹੋਰ ਸੁਣਾਓ ਕੋਈ ਗੱਲਬਾਤ, ਮੈਂ ਹੀ ਬੋਲੀ ਜਾਂਦਾ, ਤੁਸੀਂ ਵੀ ਸੁਣਾ ਦਿਆ ਕਰੋ ਕੁਝ। ਗੱਡੀਆਂ ਖੜੀਆਂ ਨੇ ਪਾਰਕਿੰਗ ਦੇ ਵਿੱਚ ਪੂਰੀਆਂ, ਕਲਿੰਕਰ ਦੇ ਸਮੈਂਟ ਵਾਲੀ ਆ, ਅਤੇ ਆਪਾਂ ਪੁੱਜ ਗਏ ਨੇ, ਆ ਜਾਓ ਚੱਲੀਏ ਚਾਹ ਪੀਣ। ਚਾਹ ਲਈ ਆਪਾਂ ਨੇ ਪੀ, ਗੱਡੀ 'ਚ ਬੈਠਦੇ ਆ, ਧੁੱਪਾਂ ਜ਼ਿਆਦੀ ਆ, ਨੀਂਦ ਜੀ ਆਈ ਜਾਂਦੇ ਜੀ ਆ, ਹਾਲੇ ਗੱਡੀਆਂ ਖੜੀਆਂ ਨੇ ਆਪਣੇ ਮੂਹਰੇ। ਚਲੋ ਆ ਜਾਓ ਗੱਡੀ 'ਚ ਬੈਠ ਕੇ ਕਰਦੇ ਆ ਥੋੜ੍ਹੀ ਬਹੁਤੀ ਗੱਲਬਾਤ, ਨਾਲੇ ਆਰਾਮ ਕਰ ਲਈਏ। ਹਾਂਜੀ, 2:30 ਵੱਜ ਗਏ, 30 ਤੱਕ ਗਈ ਆ ਹਾਲੇ, ਅੱਖ ਜੀ ਲੱਗ ਗਈ ਸੀ, ਹੁਣ ਉੱਠੇ ਆ ਅਤੇ ਬਾਕੀ ਦੇਖਦੇ ਆ ਕੀ ਬਣਦਾ। ਨੰਬਰ ਪਿੱਛੇ ਸੀ, ਅੱਜ ਹੌਲੀ ਚੱਲ ਰਹੀ ਆ ਪਲਾਟ ਵੀ, ਆ ਜਾਓ ਦੇਖਦੇ ਆ ਭਰਨ ਚੱਲਦੇ ਆ। ਹਾਲੇ ਸਕਿਉਰਟੀ ਵਾਲਾ ਆਇਆ ਨੀ, ਜਦੋਂ ਆਊਂਗਾ ਫਿਰ ਜਾਵਾਂਗੇ, ਹੁਣ ਨੰਬਰ ਆ ਜਾਣਾ ਆਪਣਾ ਅਤੇ ਆ ਜਾਓ। ਗੱਡੀ ਦੇਖੋ ਅੰਦਰੋਂ, ਟਰਾਲਾ ਖੜਾ ਆਪਣਾ ਅੰਦਰ, ਇੱਧਰ ਸੱਤਾਂ ਦੀ ਫੋਟੋ, ਪਾੜ ਪਾੜ ਕਹਿੰਦੇ ਫੋਟੋ ਮਨ ਪਹਿਲਾਂ ਆਉਂਦੇ ਆ। ਇਹ ਤਾਂ ਏਦਾਂ ਹੀ ਲੱਗੀਆਂ ਰਹਿਣੀਆਂ, ਇਹ ਨੀ ਪਾੜੇ ਪੜੇ ਤੇ ਖਤਮ ਹੋਣੀਆਂ। ਇਹ ਤੁਸੀਂ ਇੱਕ ਪਾੜੂਗੇ 10 ਲੱਗਣਗੇ ਆ ਦੁਬਾਰਾ।